ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਜਿਹੜੇ ਰੁੱਸੇ ਹੋਏ ਸਾਥੀ ਨੇ, ਵੱਡੇ ਜਿਹੜੇ ਲੀਡਰ ਨੇ, ਉਹਨਾਂ ਤੋਂ ਵਿਛੜ ਗਏ ਜਾਂ ਉਹਨਾਂ ਨੂੰ ਛੱਡ ਕੇ ਚਲੇ ਗਏ ਸੀ, ਉਹ ਵਾਪਸ ਆਣ। ਜਿਹੜੇ ਪ੍ਰਧਾਨ ਨੇ ਅਕਾਲੀ ਦਲ ਦੇ, ਸੁਖਬੀਰ ਬਾਦਲ, ਉਹਨਾਂ ਨੇ ਖੁਦ ਇਹ ਆਵਾਜ਼ ਲਾਈ ਸੀ, ਬਾਰ ਬਾਰ ਉਹਨਾਂ ਨੂੰ ਸੱਦਾ ਦਿੱਤਾ ਸੀ। ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਨੇ ਆਪਣੇ ਆਪ ਨੂੰ ਪੁਨਰ ਰਿਵਾਈਵ ਕਰਨ ਲਈ, ਦੁਬਾਰਾ ਤੋਂ ਆਪਣੇ ਆਪ ਨੂੰ ਖੜ੍ਹਾ ਕਰਨ ਲਈ ਯਾਤਰਾ ਵੀ ਕੱਢੀ, ਪੰਜਾਬ ਬਚਾਓ ਯਾਤਰਾ ਕੱਢੀ, ਔਰ ਉਹਦੇ ਨਾਲ ਨਾਲ ਹੀ ਕਾਫੀ ਸੰਜੀਦਗੀ ਦੇ ਨਾਲ ਕੰਮ ਵੀ ਕੀਤਾ। ਪਰ ਉਹਦੇ ਵਿੱਚ ਬਾਰ ਬਾਰ ਜਿੱਥੋਂ ਤੱਕ ਗੱਲ ਹੋਈ, ਉਹਨਾਂ ਨੇ ਆਪਣੇ ਵਿਛੜੇ ਸਾਥੀ ਜਿਹੜੇ ਵੀ ਸੀਗੇ, ਜਿਹੜੇ ਉਹਨਾਂ ਨੂੰ ਛੱਡ ਕੇ ਗਏ ਸੀ, ਚਾਹੇ ਬੀਬੀ ਜਗੀਰ ਕੌਰ ਸੀਗੇ, ਚਾਹੇ ਢੀਂਡਸਾ ਸੀਗੇ, ਖਾਸ ਕਰਕੇ ਸੁਖਦੇਵ ਸਿੰਘ ਢੀਂਡਸਾ ਔਰ ਉਹਨਾਂ ਦੇ ਬੇਟੇ ਜਿਹੜੇ ਨੇ ਉਹ ਸੀਗੇ, ਚਾਹੇ ਪਰਮਿੰਦਰ ਢੀਂਡਸਾ, ਉਹਨਾਂ ਸਾਰਿਆਂ ਨੂੰ ਆਵਾਜ਼ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਆਓ ਔਰ ਸਾਡੇ 'ਚ ਦੁਬਾਰਾ ਮਿਲ ਬੈਠੋ ਔਰ ਅਕਾਲੀ ਦਲ ਦਾ ਹੱਥ ਜਿਹੜਾ ਹੈ ਉਹਦੀ ਤਕੜੀ ਨੂੰ ਮਜ਼ਬੂਤ ਕਰੋ। ਪਰ ਤੁਹਾਨੂੰ ਦੱਸ ਦਈਏ ਕਿ ਕੱਲ੍ਹ ਬਹੁਤ ਹੀ ਅਹਿਮ ਮੀਟਿੰਗ ਹੋਈ ਹੈ। ਪਿਛਲੇ ਦਿਨਾਂ ਵਿੱਚ ਇਹ ਵੀ ਅਟਕਲਾਂ ਲਾਈਆਂ ਜਾ ਰਹੀਆਂ ਸੀਗੀਆਂ ਕਿ ਅਕਾਲੀ ਦਲ BJP ਨਾਲ ਹੱਥ ਮਿਲਾਏਗਾ ਜਾਂ ਨਹੀਂ, ਪਰ ਸੁਖਦੇਵ ਢੀਂਡਸਾ ਨੇ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਸੰਯੁਕਤ ਇੱਕ ਅਲੱਗ ਤੋਂ ਆਪਣੀ ਪਾਰਟੀ ਬਣਾ ਲਈ ਸੀਗੀ ਔਰ ਰੁੱਸ ਕੇ ਚਲੇ ਗਏ ਸੀ ਉਹ ਸ਼੍ਰੋਮਣੀ ਅਕਾਲੀ ਦਲ ਤੋਂ, ਉਹਦੇ ਬਾਅਦ ਉਹਨਾਂ ਦੀਆਂ ਸੰਭਾਵਨਾਵਾਂ ਕਾਫੀ ਬਾਰ ਬਾਰ ਹੁੰਦੀਆਂ ਰਹੀਆਂ ਸੀਗੀਆਂ ਕਿ ਕੀ ਉਹ ਦੁਬਾਰਾ ਅਕਾਲੀ ਦਲ 'ਚ ਆਉਣਗੇ ਜਾਂ ਨਹੀਂ ਆਉਣਗੇ, ਕਿਉਂਕਿ ਹੁਣ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਸਿਰ 'ਤੇ ਨੇ ਔਰ ਪਾਰਟੀਆਂ ਆਪਣੇ ਗੱਠਜੋੜ ਜਿਹੜੇ ਨੇ ਉਹ ਦੁਬਾਰਾ ਤੋਂ ਵੇਖ ਰਹੀਆਂ ਨੇ, ਉਹਨਾਂ ਨੂੰ ਮਾਪ ਰਹੀਆਂ ਨੇ ਕਿ ਜ਼ਮੀਨੀ ਪੱਧਰ 'ਤੇ ਕਿਵੇਂ ਦੇ ਗੱਠਜੋੜ ਕਰਕੇ ਉਹ ਵੋਟਰਾਂ ਦੇ ਕੋਲ ਜਾਣ ਤਾਂ ਕਿ ਉਹ ਮਜ਼ਬੂਤੀ ਦੇ ਨਾਲ ਆਪਣੇ ਪੱਖ ਰੱਖ ਸਕਣ। ਪਰ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅਲਾਇੰਸਿਸ ਦਾ ਵੀ ਆਪਣਾ ਇੱਕ ਤੌਰ ਤਰੀਕਾ ਹੁੰਦਾ। ਅਲਾਇੰਸਿਸ ਜਿਹੜੇ ਨੇ ਉਹ ਕਈ ਵਾਰ ਤਾਂ ਸਿਰੇ ਚੜ੍ਹ ਜਾਂਦੇ ਨੇ, ਪਰ ਕਈ ਵਾਰ ਉਹ ਸਿਰੇ ਨਹੀਂ ਚੜ੍ਹਦੇ। ਹੁਣ BJP ਦੀ ਜੇ ਗੱਲ ਕਰੀਏ ਅਕਾਲੀ ਦਲ ਦੇ ਨਾਲ, ਤਾਂ ਉਹਦੇ ਵਿੱਚ ਹਜੇ ਵੀ ਸ਼ਸ਼ੋਪਾਨ ਜਿਹੜਾ ਬਣਿਆ ਹੋਇਆ। ਕਿਆਸ ਰਾਈਆਂ ਇਹ ਨੇ ਕਿ ਕਿਤੇ ਨਾ ਕਿਤੇ ਇਹਨਾਂ ਦਾ ਅਲਾਇੰਸ ਆਉਣ ਤੱਕ, ਲੋਕ ਸਭਾ ਦੇ ਇਲੈਕਸ਼ਨ ਨੋਟੀਫਿਕੇਸ਼ਨ ਹੋਣ ਤੱਕ ਸਿਰੇ ਚੜ੍ਹ ਜਾਏਗਾ। ਉਹਦੀ ਇੱਕ ਬਹੁਤ ਹੀ ਮਜ਼ਬੂਤ ਜਾਂ ਇੱਕ ਅਹਿਮ ਕੜੀ ਸੁਖਦੇਵ ਸਿੰਘ ਢੀਂਡਸਾ ਮੰਨੇ ਜਾ ਰਹੇ ਨੇ, ਕਿਉਂਕਿ ਸੁਖਦੇਵ ਸਿੰਘ ਢੀਂਡਸਾ BJP ਦੀਆਂ ਜਿਹੜੀ ਕੇਂਦਰ ਦੇ ਨਾਲ ਦੀ ਜਿਹੜੀ ਉਹਨਾਂ ਦੀ ਕੇਂਦਰੀ ਕਮੇਟੀ ਹੋਈ ਹੈ ਜਾਂ ਕੇਂਦਰ ਦਾ ਜਿਹੜੇ ਹਿੱਸੇ ਦੇ ਵਿੱਚ ਇਕਾਈ ਆਉਂਦੀ ਹੈ ਭਾਰਤੀ ਜਨਤਾ ਪਾਰਟੀ ਦੀ, ਉਹਦੇ ਕਾਫੀ ਕਰੀਬੀ ਨੇ, ਉਹਨਾਂ ਦੇ ਮੀਟਿੰਗਸ 'ਚ ਬਾਰ ਬਾਰ ਉਹਨਾਂ ਨੇ ਸ਼ਿਰਕਤ ਕੀਤੀ ਔਰ ਦੇਖੇ ਜਾਂਦੇ ਰਹੇ ਨੇ। ਇਸ ਕਰਕੇ ਬਹੁਤ ਜ਼ਿਆਦਾ ਕਿਆਸਰਾਈਆਂ ਲਾਈਆਂ ਜਾ ਰਹੀਆਂ ਸੀ, ਅਟਕਲਾਂ ਲਾਈਆਂ ਜਾ ਰਹੀਆਂ ਸੀ ਕਿ ਸੁਖਦੇਵ ਸਿੰਘ ਢੀਂਡਸਾ ਜਿਹੜੇ ਨੇ ਉਹ ਇੱਕ ਅਹਿਮ ਕੜੀ ਬਣ ਸਕਦੇ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਅਲਾਇੰਸ ਦੇ ਵਿੱਚ, ਉਹਨਾਂ ਦੇ ਗੱਠਜੋੜ ਕਰਵਾਉਣ ਦੇ ਵਿੱਚ। ਅੱਜ ਕਿਉਂਕਿ ਬੀਤੇ ਕੱਲ੍ਹ ਉਹਨਾਂ ਦੀ ਮੀਟਿੰਗ ਹੋਈ ਹੈ, ਖਾਸ ਕਰਕੇ ਸੁਖਬੀਰ ਬਾਦਲ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ, ਔਰ ਉੱਧਰ ਸੁਖਦੇਵ ਸਿੰਘ ਢੀਂਡਸਾ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ, ਜਿਹੜੇ ਕਿ ਵੱਖ ਪਾਰਟੀ ਬਣਾ ਕੇ ਚਲੇ ਗਏ ਸਨ, ਉਹ ਬਾਰ ਬਾਰ ਜਿਹੜੀਆਂ ਸੀਗੀਆਂ ਤਕਰੀਰਾਂ ਇਹੀ ਹੁੰਦੀਆਂ ਰਹੀਆਂ, ਬਹੁਤ ਸਾਰੀਆਂ ਨਾਰਾਜ਼ਗੀਆਂ ਸੀਗੀਆਂ, ਇੱਥੋਂ ਤੱਕ ਕਿ ਸੁਖਦੇਵ ਸਿੰਘ ਢੀਂਡਸਾ ਨੇ ਕਹਿ ਦਿੱਤਾ ਸੀ ਕਿ ਪ੍ਰਧਾਨਗੀ 'ਤੇ ਕਬਜ਼ਾ ਨਹੀਂ ਕੀਤਾ ਜਾਣਾ ਚਾਹੀਦਾ, ਉਹਨੂੰ ਸਭ ਦੇ ਲਈ ਛੱਡ ਦੇਣਾ ਚਾਹੀਦਾ, ਔਰ ਜੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਦੀ ਕੁਰਸੀ ਛੱਡਦੇ ਨੇ ਸੁਖਬੀਰ ਬਾਦਲ, ਤਾਂ ਸ਼ਾਇਦ ਇਹ ਸੰਭਾਵਨਾ ਬਣ ਸਕਦੀ ਹੈ ਕਿ ਦੁਬਾਰਾ ਤੋਂ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਖੜ੍ਹਾ ਹੋਵੇ। ਪਰ ਉਸਦੇ ਵਿੱਚ ਜਿਹੜੀ ਕੱਲ੍ਹ ਅਹਿਮ ਇੱਕ ਮੀਟਿੰਗ ਹੋਈ ਹੈ, ਉਹਦੇ ਬਾਅਦ 3:30 ਅੱਜ ਤਕਰੀਬਨ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮਰਜ ਕਰਨ ਜਾ ਰਿਹਾ ਹੈਗਾ, ਖਾਸ ਕਰਕੇ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਸਹਿਯੋਗ ਲੀਡਰਸ ਅਤੇ ਖਾਸ ਕਰਕੇ ਆਪ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਢੀਂਡਸਾ ਜਿਹੜੇ ਕਿ ਉਹਦੇ ਆਗੂ ਨੇ ਔਰ ਪ੍ਰਧਾਨ ਨੇ ਸੁਖਦੇਵ ਸਿੰਘ ਢੀਂਡਸਾ ਖੁਦ, ਉਹ ਅੱਜ ਮਰਜ ਕਰਨਗੇ, ਉਹ ਇੱਕਮਿਕ ਹੋ ਜਾਣਗੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ। ਅਤੇ ਇਸ ਦੇ ਵਿੱਚ ਹੀ 3:30 ਉਹਨਾਂ ਨੇ ਇੱਕ ਅਹਿਮ ਪ੍ਰੈਸ ਕਾਨਫਰੰਸ ਰੱਖੀ ਹੈ, ਜਿਹਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਅਤੇ
ਪ੍ਰਧਾਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਨੇ ਸੁਖਬੀਰ ਸਿੰਘ ਬਾਦਲ, ਉਹ ਦਿਖਾਈ ਦੇਣਗੇ ਤੇ ਉਹਦੇ ਨਾਲ ਹੀ ਪਾਰਟੀ ਦਾ ਮਰਜ ਹੋਏਗਾ, ਰਲੇਵਾਂ ਹੋਏਗਾ ਦੁਬਾਰਾ ਤੋਂ ਕੇ ਉਹ ਇੱਕਮਿਕ ਹੋ ਜਾਣਗੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ। ਅਤੇ ਇਸ ਦੇ ਵਿੱਚ ਹੀ 3:30 ਵਜੇ ਉਹਨਾਂ ਨੇ ਇੱਕ ਅਹਿਮ ਪ੍ਰੈਸ ਕਾਨਫਰੰਸ ਰੱਖੀ ਹੈ ਜਿਹਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਅਤੇ ਪ੍ਰਧਾਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਨੇ ਸੁਖਬੀਰ ਸਿੰਘ ਬਾਦਲ, ਉਹ ਦਿਖਾਈ ਦੇਣਗੇ ਤੇ ਉਹਦੇ ਨਾਲ ਹੀ ਪਾਰਟੀ ਦਾ ਮਰਜ ਹੋਏਗਾ, ਰਲੇਵਾਂ ਹੋਏਗਾ ਦੁਬਾਰਾ ਤੋਂ। ਔਰ ਸੁਖਦੇਵ ਸਿੰਘ ਢੀਂਡਸਾ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦਾ ਪਾਠ ਭਾਗ ਬਣਨ ਜਾ ਰਹੇ ਨੇ, ਅਹਿਮ ਪਾਠ ਬਣਨ ਜਾ ਰਹੇ ਨੇ। ਪਰ ਇਸ ਦੇ ਨਾਲ ਦੇਖਣਾ ਇਹ ਹੋਏਗਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਦੇ ਨਾਲ ਕੋਈ ਫਾਇਦਾ ਹੋਏਗਾ, ਖਾਸ ਕਰਕੇ ਇਹ ਜਿਹੜਾ ਨਵਾਂ ਇੱਕ ਚੈਪਟਰ ਜੁੜ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ, ਬਾਕੀ ਹੋਰ ਜਿਹੜੇ ਲੀਡਰਸ ਨੇ ਉਹਨਾਂ ਦਾ ਵੀ ਕੋਈ ਇੱਧਰ ਆ ਕੇ ਰਿਲੇਵਾਂ ਹੋਏਗਾ। ਉਸ ਦੇ ਨਾਲ ਨਾਲ ਸਭ ਤੋਂ ਜ਼ਿਆਦਾ ਅਹਿਮ ਗੱਲ ਇਹ ਹੋਏਗੀ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਉਹਨਾਂ ਦੇ ਰਲੇਵੇਂ ਦੇ ਬਾਅਦ ਕਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਬੀਜੇਪੀ ਦਾ ਕਮਲ ਫੜਦੀ ਹੈ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ, ਖੁੱਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।